देखो जी जिहड़ा वो साडा साथी आ जी पार्टी दा पुराना वलंटियर आ साडा ते जिस दिन साडी गड्डी ते उहना 25 कांग्रेसियां ने हमला करिया जी ਤਾਂ ਸਡਨਲੀ ਉਹ ਸਾਡੀ ਗੱਡੀ ਤੇ ਚੜ ਗਿਆ ਜੀ ਤਾਂ ਅਸੀਂ ਸੈਲਫ ਡਿਫੈਂਸ ਦੇ ਵਿੱਚ ਉੱਥੋਂ ਕਾਰ ਕੱਢੀ ਆ ਜੀ ਤੇ ਉਹ ਕਾਰ ਕੱਢਣ ਕਰਕੇ ਜਿਹੜਾ ਲੜਕਾ ਕਾਰ ਦੇ ਵਾਰਨਰ ਤੇ ਚੜਿਆ ਉਹ ਡਿੱਗਣ ਕਰਕੇ ਉਹਦੇ ਸੱਟਾਂ ਲੱਗੀਆਂ ਪਰ ਪੰਜਾਬ ਪੁਲਿਸ ਨੇ ਪੂਰਾ ਦਬਾਅ ਹੇਠਾ ਜਿਹੜਾ ਸਾਡੇ ਉਸ ਜਿਹੜਾ ਸਾਥੀ ਤੇ 307 ਦਾ ਪਰਚਾ ਜਿਹੜਾ ਉਹ ਦਰਜ ਕਰਿਆ ਜਿਹੜਾ ਕਿ ਇੱਕ ਬਿਲਕੁਲ ਸਰਾਸਰੇ ਜਾਤੀ ਆ ਸਾਡੇ ਨਾਲ ਧੱਕਾ ਕਰਿਆ ਜਾ ਰਿਹਾ ਸਰਕਾਰ ਦੇ ਦਬਾਅ ਦੇ ਹੇਠ ਕਿਉਂਕਿ ਜਦੋਂ ਬੰਦਾ ਸੈਲਫ ਡਿਫੈਂਸ ਦੇ ਵਿੱਚ ਭੱਜਦਾ ਤਾਂ ਉਹਦੇ ਜੇ ਉਹ ਅਸੀਂ ਸਿਰਫ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰੀਏ ਨਾ ਕਿ ਅਸੀਂ ਉਹਨੂੰ ਜ਼ਖਮੀ ਕਰਨ ਦੀ ਅੱਜ ਅਸੀਂ SSP ਮੈਮ ਨੂੰ ਜਿਹੜਾ ਰਿਟਨ ਦੇ ਵਿੱਚ ਐਪਲੀਕੇਸ਼ਨ ਦਿੱਤੀ ਆ ਪੂਰੇ ਐਵੀਡੈਂਸ ਸਾਡੇ ਕੋਲੇ ਹੈਗੇ ਆ CCTV ਦੀਆਂ ਅਲੱਗ ਅਲੱਗ ਐਂਗਲ ਤੋਂ ਵੀਡੀਓਜ਼ ਦੀਆਂ ਫੁਟੇਜ਼ ਨੇ ਜਿਹੜੀਆਂ ਅਸੀਂ ਮੀਡੀਆ ਨੂੰ ਵੀ ਦੇ ਚੁੱਕੇ ਹਾਂ ਅਤੇ ਆਉਣ ਵਾਲੇ ਸਮੇਂ 'ਚ ਐਜ ਏ ਪਰੂਫ ਜਿਹੜੀਆਂ ਅਸੀਂ ਉਹ ਦੁਬਾਰੇ ਵੀ ਸਾਹਮਣੇ ਦੇ ਸਕਦੇ ਹਾਂ ਕਿ ਕਿਵੇਂ ਉਹਨਾਂ ਨੇ ਸਾਡੀ ਇੱਕ ਨੋਰਮਲ ਸਪੀਡ 'ਤੇ ਚੱਲ ਰਹੀ ਗੱਡੀ ਨੂੰ ਜਿਹੜਾ ਰੋਕਿਆ ਉੱਥੇ ਸਾਡੇ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੀ ਆ ਕਾਰ ਦੇ ਹੈਂਡਲ ਤੱਕ ਜਿਹੜੇ ਪੱਟਣ ਦੀ ਕੋਸ਼ਿਸ਼ ਕਰੀ ਆ ਸ਼ੀਸ਼ਿਆਂ 'ਚ ਮੁੱਕੀਆਂ ਮਾਰੀਆਂ ਗਈਆਂ ਉਹਦਾ ਇਹ ਬਚਤ ਰਹਿ ਗਈ ਕਿ ਜਿਹੜਾ ਸੈਂਟਰ ਲੌਕ ਹੋਣ ਕਰਕੇ ਕਾਰ ਦੇ ਜਿਹੜੀਆਂ ਟਾਕੀਆਂ ਨਹੀਂ ਖੁੱਲੀਆਂ ਅਤੇ ਨਹੀਂ ਤਾਂ ਫਿਰ ਅੱਜ ਅਸੀਂ ਤੁਹਾਨੂੰ ਹਸਪਤਾਲ ਦੇ ਵਿੱਚ ਮਿਲਦੇ ਕਿਉਂਕਿ ਉਹਦਾ ਪੂਰੀ ਪਲਾਨਿੰਗ ਕਰਕੇ ਆਏ ਸੀ ਸਾਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਡੱਬਾਂ ਦੇ ਵਿੱਚ ਕੀ ਵੈਪਨ ਆ ਜਾਂ ਜਿੱਥੇ ਖੜੇ ਨੇ ਹੋਏ ਉੱਥੇ ਉਹਨਾਂ ਦਾ ਕੀ ਰੱਖਿਆ ਹੋਇਆ ਸੋ ਇਹ ਜਿਹੜਾ ਪੰਜਾਬ ਸਰ ਜਿਹੜੀ ਪੁਲਿਸ ਦੀ ਆ ਸਰਾਸਰ ਜਾਤੀ ਆ ਜਿਹੜਾ ਭਦੌੜ ਥਾਣੇ ਵੱਲੋਂ ਇਹ ਮੁਕੱਦਮਾ ਦਰਜ ਕਰਿਆ ਹੋਇਆ ਇਹਨੂੰ ਜਲਦ ਤੋਂ ਜਲਦ ਖਾਰਜ ਕਰਨਾ ਚਾਹੀਦਾ ਤਾਂ ਕਿ ਜਿਹੜਾ ਲੋਕਤੰਤਰ ਤੇ ਲੋਕਾਂ ਦਾ ਵਿਸ਼ਵਾਸ ਆ ਉਹ ਬਣਿਆ ਰਹੇ ਤੇ ਸਾਨੂੰ ਵਿਸ਼ਵਾਸ ਵੀ ਆ ਕਿ ਜਿਹੜੀ DSP ਤਪਾ ਜੀ ਨੂੰ ਜਿਹੜੀ ਇਨਕੁਆਇਰੀ ਦਿੱਤੀ ਗਈ ਆ ਤੇ ਬਹੁਤ ਜਲਦ ਸਾਰੇ ਪ੍ਰੂਫਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਜਿਹੜਾ ਮਾਮਲਾ ਇਹ ਰਫਾ ਦਫਾ ਕਰਿਆ ਜਾਊਗਾ ਬਿਲਕੁਲ ਜੀ ਪਾਰਟੀ ਹਾਈ ਕਮਾਂਡ ਵੱਲੋਂ ਵੀ ਆ ਤੇ ਸਾਡੇ ਜਤਿੰਦਰ ਗੋਲਡੀ ਸਾਡੇ ਭਰਾ ਜਿਹੜੇ ਸਾਡੇ ਪਾਰਟੀ ਦੇ ਸਾਥੀ ਆ ਇਹ ਜਿਹੜਾ ਲੀਡ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਜਿੱਥੋਂ ਤੱਕ ਵੀ ਪਹੁੰਚਣ ਦੀ ਲੋੜ ਪਈ ਪਾਰਟੀ ਸਾਡੇ ਨਾਲ ਖੜੀ ਆ ਜੀ ਪਾਰਟੀ ਇਸ ਤਰ੍ਹਾਂ ਜੇ ਵਲੰਟੀਅਰਾਂ ਦੇ ਨਾਲ ਧੱਕਾ ਹੁੰਦਾ ਰਿਹਾ ਤਾਂ ਕੱਲ ਨੂੰ ਪਾਰਟੀ ਸਾਡੇ ਨਾਲ ਖੜੀ ਉਹਨਾਂ ਨੇ ਪੂਰਾ ਰਾਘਵ ਚੱਡਾ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਫੋਨ ਲੈਣ ਤੇ ਸਾਡੇ ਨਾਲ ਗੱਲ ਕਰੀ ਆ ਤੇ ਪੂਰਾ ਵਿਸ਼ਵਾਸ ਦਿਵਾਇਆ ਕਿ ਵੈਸੇ ਤਾਂ ਚਲੋ ਸਾਨੂੰ ਜੁਡੀਸ਼ਰੀ ਤੇ ਇੱਥੇ ਵਿਸ਼ਵਾਸ ਆ ਕਿ ਜਲਦੀ ਇਹ ਮਾਮਲਾ ਜਿਹੜਾ ਉਹ ਹੱਲ ਹੋ ਜਾਊਗਾ ਪਰ ਫਿਰ ਵੀ ਜੇ ਇਨ ਕੇਸ ਸਾਨੂੰ ਕੋਈ ਪ੍ਰੋਟੈਸਟ ਕਰਨ ਦੀ ਲੋੜ ਪਈ ਤਾਂ ਸਾਡੀ ਜਿਹੜੀ ਵੱਡੀ ਸੀਨੀਅਰ ਲੀਡਰਸ਼ਿਪ ਉਹਨੂੰ ਨਾਲ ਲੈ ਕੇ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰਾਂਗੇ ਤੇ ਜਿਹੜੀ ਇਹ ਜਿਹੜਾ ਪੁਲਿਸ ਦਬਾਅ ਦੇ ਹੇਠ ਕੰਮ ਕਰ ਰਹੀ ਆ ਉਹਨੂੰ ਅਸੀਂ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਹਾਂ ਮਾਮਲਾ ਦਰਜ ਕੀਤਾ ਕਿ ਹਰਦੀਪ ਸਿੰਘ ਉਹ ਹੈਰੀ ਦੇ ਵਾਸੀ ਧੂਰਕੋਟ ਦੇ ਇਹ ਵਿਸ਼ਾਲ ਸਿੰਘ ਆਪਣੇ 20-25 ਬੰਦਿਆਂ ਨਾਲ ਇਹਦਾ ਇਲੈਕਸ਼ਨ ਦੇ ਦਿਨ ਇਹਦੇ ਖਿਲਾਫ ਨਾਅਰੇਬਾਜ਼ੀ ਕਰ ਰਿਹਾ ਸੀਗਾ ਅਤੇ ਡਰਾਈਵਰ ਜਿਹੜਾ ਹੈਗਾ ਉਹ ਗੱਡੀ ਨੇ ਅੱਗੇ ਤੋਰੀ ਅਤੇ ਵਿਸ਼ਾਲ ਉਹਦੇ ਬੋਨਟ 'ਤੇ ਆ ਕੇ ਖੜ ਗਿਆ ਮਤਲਬ ਬੈਠ ਗਿਆ ਉਹ ਤੋਂ ਬਾਅਦ ਅੱਗੇ ਗੱਡੀ ਭਜਾਈ ਅਤੇ ਭਜਾਉਣ ਤੋਂ ਬਾਅਦ ਅੱਗੇ ਕਰੀਬ ਅੱਧਾ ਕਿਲੋਮੀਟਰ ਦੂਰ ਉਹ ਗੱਡੀ ਤੋਂ ਉਹਨੂੰ ਸੁੱਟਤਾ ਇਸ ਕਰਕੇ ਜਿਹੜਾ ਹੈਗਾ ਹਰਪ੍ਰੀਤ 307 ਦਾ ਮੁਕੱਦਮਾ ਦਰਜ ਕੀਤਾ ਗਿਆ ਇਹ ਜਿਹੜੀ ਵੀ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਜਿਹੜੀਆਂ ਪੱਖ ਸਾਹਮਣੇ ਆਉਣਗੇ ਉਹ ਮੁਤਾਬਕ ਕਾਰਵਾਈ ਕੀਤੀ ਜਾਊਗੀ